ਖਬਰਸਾਰ ਵਿੱਚ ਤੁਹਾਡਾ ਸਵਾਗਤ ਹੈ। ਸਿੱਖ ਕੌਮ ਨੂੰ ਪੇਸ਼ ਤਮਾਮ ਮਸਲੇ ਤੇ ਚੁਣੌਤੀਆਂ ਵਿੱਚੋਂ ਸਭ ਤੋਂ ਗੰਭੀਰ ਮੁੱਦਾ ਹੈ ਆਇਡੈਂਟੀਟੀ ਦਾ। ਮਾਈਨੋਰਿਟੀ ਕਮਿਊਨਿਟੀਜ਼ ਅਕਸਰ ਆਪਣੀ ਆਇਡੈਂਟੀਟੀਜ਼ ਨੂੰ ਲੈ ਕੇ ਚਿੰਤਤ ਰਹਿੰਦੀਆਂ ਨੇ, ਇਹਦੇ ਬਾਰੇ ਬਹੁਤ ਸੈਂਸਿਟਿਵ ਹੁੰਦੀਆਂ ਨੇ, ਤੇ ਸਿੱਖ ਕੌਮ ਇਸ ਤੋਂ ਕੋਈ ਵੱਖਰੀ ਨਹੀਂ ਹੈ। ਸਹਿਜਦਾਰੀ ਮੁੱਦੇ ਨੂੰ ਲੈ ਕੇ ਹੁਣੇ ਹੁਣੇ ਕੌਮ ਦੇ ਵਿੱਚ ਜਿਹੜਾ ਤੂਫਾਨ ਉੱਠ ਖੜਾ ਹੋਇਆ ਹੈ, ਇਹ ਇਸਨੇ ਆਇਡੈਂਟੀਟੀ ਪੋਲਿਟਿਕਸ ਦੀਆਂ ਸਾਰੀਆਂ ਸਟ੍ਰੀਮਸ ਨੂੰ ਇੱਕ ਫਿਰ ਤੋਂ ਛੇੜ ਦਿੱਤਾ ਹੈ। ਹਾਈ ਕੋਰਟ ਦੇ ਸਾਹਮਣੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਇੱਕ ਕੇਸ ਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਐਸਜੀਬੀਸੀ ਤੋਂ ਪੁੱਛੀ ਸੀ ਕਿ ਇੱਕ ਐਫੀਡੇਵਿਟ ਦੇ ਜ਼ਰੀਏ ਉਸ ਨੂੰ ਦੱਸਿਆ ਜਾਵੇ ਕਿ ਕੀ ਸਹਿਜਧਾਰੀ ਸਿੱਖ ਆਪਣੇ ਵਾਲ ਕਰ ਸਕਦਾ ਹੈ, ਜਦੋਂ ਕਿ ਉਹ ਸਿੱਖ ਗੁਰਦੁਆਰਾ ਐਕਟ ਦੇ ਅੰਦਰ ਜਿਹੜੀਆਂ ਬਾਕੀ ਦੀਆਂ ਕਲੋਜ਼ਿਸ ਨੇ ਉਹਨਾਂ ਨੂੰ ਪੂਰਾ ਕਰਦਾ ਹੋਵੇ। ਇਸ ਦੇ ਜਵਾਬ ਵਿੱਚ ਐਸਜੀਬੀਸੀ ਨੇ ਜਿਹੜਾ ਐਫੀਡੇਵਿਟ ਦਿੱਤਾ ਹੈ ਉਸ ਨੂੰ ਲੈ ਕੇ ਬਹੁਤ ਸਾਰੇ ਸਿੱਖ ਐਕਸਪਰਟਸ ਦੀ ਰਾਏ ਡਿਫਰੈਂਟ ਹੋ ਗਈ ਹੈ। ਸੰਤ ਸਮਾਜ, ਦਮਦਮੀ ਟਕਸਾਲ, ਸ਼੍ਰੋਮਣੀ ਖਾਲਸਾ ਪੰਚਾਇਤ, ਬਹੁਤ ਸਾਰੇ ਜਿਹੜੇ ਅਕਾਲੀ ਫੈਕਸ਼ਨਸ ਨੇ ਉਹਨਾਂ ਨੇ ਐਸਜੀਪੀਸੀ ਦੇ ਦਿੱਤੇ ਜ਼ਬਰਦਸਤ ਵਿਰੋਧ ਕੀਤਾ ਹੈ। ਅਸੀਂ ਅੱਜ ਇਸ ਤੇ ਚਰਚਾ ਕਰਾਂਗੇ ਕਿ ਸਹਿਜਧਾਰੀ ਸਿੱਖ ਦੀ ਜੋ ਡੈਫੀਨੇਸ਼ਨ ਹਾਈ ਕੋਰਟ ਨੂੰ ਦਿੱਤੀ ਗਈ ਹੈ ਉਸ ਦੇ ਉੱਤੇ ਸਿੱਖ ਪੰਥ ਦੇ ਵਿੱਚ ਇਹ ਅਲੱਗ ਅਲੱਗ ਜਿਹੜੀਆਂ ਸਟ੍ਰੀਮਸ ਨੇ ਇਹ ਕਿਉਂ ਉੱਭਰ ਰਹੀਆਂ ਨੇ, ਤੇ ਆਇਡੈਂਟੀਟੀ ਪੋਲਿਟਿਕਸ ਨਾਲ ਜੁੜੀ ਇਸ ਕੌਮ ਨੂੰ ਇਸ ਸਹਿਜਧਾਰੀ ਵਾਲੇ ਮੁੱਦੇ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੋਗਰੈਸਿਵ ਸਟੈਂਡ ਇਹ ਅਪਣਾ ਸਕਦੀ ਹੈ। ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਨੇ ਸਿੱਖ ਅਫੇਅਰਸ ਦੇ ਐਕਸਪਰਟ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਜੋ ਐਸਜੀਪੀਸੀ ਦੁਆਰਾ ਜਿਹੜੀ ਐਕਸਪਰਟ ਕਮੇਟੀ ਬਣਾਈ ਗਈ ਸੀ ਉਸ ਦੇ ਮੈਂਬਰ ਨੇ। ਸਾਡੇ ਨਾਲ ਨੇ ਸੀਨੀਅਰ ਐਡਵੋਕੇਟ ਸਰਦਾਰ ਨਵਕਿਰਨ ਸਿੰਘ, ਤੇ ਸਾਡੇ ਨਾਲ ਨੇ ਡਿਬੇਟ ਨੂੰ ਸਹਿਜਧਾਰੀ ਵਾਲੇ ਐਸਪੈਕਟ ਤੋਂ ਸਾਨੂੰ ਸਮਝਣ 'ਚ ਮਦਦ ਕਰਨ ਲਈ ਪਰਮਜੀਤ ਸਿੰਘ ਰਾਣੂ, ਜਿਹੜੇ ਸਹਿਜਧਾਰੀ ਫੈਡਰੇਸ਼ਨ ਦੇ ਪ੍ਰਧਾਨ ਨੇ। ਸਰ ਲਾਂਬਾ ਜੀ, ਜਿਹੜੀ ਇਹ ਐਫੀਡੇਵਿਟ ਹਾਈ ਕੋਰਟ ਨੂੰ ਸਬਮਿਟ ਕੀਤਾ ਗਿਆ ਹੈ, ਇਹ ਤਾਂ ਐਕਸਪਰਟਸ ਦੀ ਰਾਏ ਤੋਂ ਬਾਅਦ ਹੀ ਕੀਤਾ ਗਿਆ ਸੀ, ਤੇ ਯੂ ਆਰ ਵਨ ਆਫ ਦ ਐਕਸਪਰਟਸ, ਕੀ ਫਰਕ ਹੈ ਕਿ ਐਕਸਪਰਟਸ ਨੇ ਕੀ ਰਾਏ ਦਿੱਤੀ ਸੀ ਤੇ ਹਾਈ ਕੋਰਟ ਨੂੰ ਜਿਹੜਾ ਐਫੀਡੇਵਿਟ ਦਿੱਤਾ ਗਿਆ ਉਸ ਵਿੱਚ ਕੀ ਹੈ, ਵਡੇਰਾ ਅੰਤਰ ਕੀ ਹੈ ਇਸ ਵਿੱਚ? ਜਿਵੇਂ ਤੁਸੀਂ ਖੁਦ ਹੁਣੇ ਦੱਸਿਆ ਹੈ ਕਿ ਆਇਡੈਂਟੀਟੀ ਕ੍ਰਾਈਸਿਸ ਹੈ, ਸਿੱਖ ਦੀ ਆਇਡੈਂਟੀਟੀ ਔਰ ਐਂਟੀਟੀ ਇੱਕ ਦੂਜੇ ਤੇ ਨਿਰਭਰ ਹੈ ਜੀ। ਦੀਦਾਰ, ਗੁਫ਼ਤਾਰ ਤੇ ਕਿਰਦਾਰ ਇਹ ਤਿੰਨ ਲਫ਼ਜ਼ ਹੁੰਦੇ ਹਨ। ਪਹਿਲਾਂ ਦੀਦਾਰੀ ਤੌਰ ਦੇ ਉੱਤੇ ਬੜੀ ਮੋਟੀ ਜੀ ਚੀਜ਼ ਹੈ ਕਿ ਕੇਸਾਂ ਦੇ ਬਿਨਾਂ ਸਿੱਖ ਨਹੀਂ, ਸਿੱਖ ਦੇ ਬਿਨਾਂ ਕੇਸ ਨਹੀਂ ਜੀ। ਇਹ ਦੋਨੋਂ ਚੀਜ਼ਾਂ ਇੱਕ ਦੂਜੇ ਤੇ ਨਿਰਭਰ ਹਨ ਜੀ। ਹੁਣ ਸਹਿਜਧਾਰੀ ਜਿਹੜਾ ਲਫ਼ਜ਼ ਹੈ ਇਹ ਨਾ ਤਾਂ ਕਿਧਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਨਾ ਹੋਰ ਕਿਧਰੇ ਮਿਲਦਾ ਹੈ, ਤੇ ਇਸ ਦੀ ਬੜੀ ਇੱਕ ਇਜਾਦ ਜਿਹੜੀ ਸੀ ਪਿਛਲੀ ਸਦੀ 'ਚ ਹੋਈ ਸੀ ਪੰਜਾਬ ਦੇ ਵਿੱਚ ਕਿ ਕੁਛ ਜਿਹੜੇ ਪੱਛਮੀ ਪੰਜਾਬ ਦੇ ਵਿੱਚ ਲੋਕ ਸੀ ਉਹ ਹਾਲਾਂ ਸਿੱਖ ਨਹੀਂ ਸੀ, ਗੈਰ ਸਿੱਖ ਘਰਾਣਿਆਂ ਚੋਂ। ਫਿਰ ਆਵਾਂਗੇ ਜਿਹੜਾ ਮੈਂ ਉਹ ਡਿਫਰੈਂਸ ਸਮਝਣਾ ਚਾਹ ਰਿਹਾ ਸੀ, ਜਿਹੜਾ ਐਕਸਪਰਟਸ ਦੇ ਓਪੀਨੀਅਨ ਤੇ ਹਾਈ ਕੋਰਟ ਦੇ ਐਫੀਡੇਵਿਟ ਵਿੱਚ ਉਹਦੇ ਵਿੱਚ ਇਹ ਹੈ ਜੀ ਕਿ ਜਦੋਂ ਇਹ ਮਾਮਲਾ ਐਕਸਪਰਟ ਪੈਨਲ ਦੇ ਕੋਲ ਪਹੁੰਚਿਆ ਤੇ ਉਹਨਾਂ ਦੀ ਮੀਟਿੰਗ ਨੂੰ ਸਿਰਫ 1.5 ਮਿੰਟ ਲੱਗਾ, ਕਿਉਂਕਿ ਉਹ 26 ਨਵੰਬਰ ਨੂੰ ਮੀਟਿੰਗ ਹੋਈ ਸੀ। ਉਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1938 ਦਾ ਮਤਾ ਸੀ, ਜਿਸ ਵਿੱਚ ਕਲੀਅਰ ਲਿਖਿਆ ਸੀ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿ ਸਹਿਜਧਾਰੀ ਕੌਣ ਹੈ। ਉਹ ਇਹ ਸੀ ਜਿਹੜਾ ਦਾੜੀ ਰੱਖੇ, ਕੇਸਾਂ ਨੂੰ ਉਸ ਤਰ੍ਹਾਂ ਨਾ ਲਾਏ, ਗੁਰਮਤ ਅਨੁਸਾਰ ਸਾਰੇ ਕਾਰਜ ਕਰੇ, ਸ਼੍ਰੋਮਣੀ ਕਮੇਟੀ ਵੱਲੋਂ ਉਸ ਦੇ ਵਿੱਚ ਜਿਹੜਾ ਅਲਟੀਮੇਟਲੀ ਐਫੀਡੇਵਿਟ ਦਿੱਤਾ ਗਿਆ ਉਹਦੇ ਚ ਇਹ ਕਰਤਾ ਕਿ ਸਹਿਜਧਾਰੀ ਜਦੋਂ ਕੇਸਾਧਾਰੀ ਬਣ ਜਾਏਗਾ ਫਿਰ ਨਹੀਂ ਕਰੇਗਾ। ਇੱਕ ਟਾਈਮ ਗੈਪ ਇੰਟਰੋਡਿਊਸ ਕੀਤਾ ਗਿਆ, ਮਤਲਬ ਇਹ ਹੋ ਗਿਆ ਕਿ ਸਹਿਜਧਾਰੀ ਭਾਵੇਂ ਸਾਰੀ ਉਮਰ ਵਾਲ ਕਟਾਉਂਦਾ ਰਹੇ ਉਹਦੇ ਬਾਅਦ ਵੀ ਉਹ ਸਹਿਜਧਾਰੀ ਅਖਵਾਏਗਾ। ਨਵਕਿਰਨ ਜੀ, ਤੁਸੀਂ ਇਸ ਕੇਸ ਦੇ ਨਾਲ ਵਿਵਸਥਾ ਡਾਇਰੈਕਟਲੀ ਇੱਕ ਪਾਰਟੀ ਨੂੰ, ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਐਡਮਿਸ਼ਨ ਮਿਲੀ ਐਸਜੀਪੀਸੀ ਦੁਆਰਾ ਚਲਾਏ ਜਾ ਰਹੇ ਕਾਲਜ ਦੇ ਵਿੱਚ, ਉਹਨਾਂ ਨੂੰ ਰਿਪ੍ਰੈਜ਼ੈਂਟ ਕਰ ਰਹੇ ਹੋ, ਤੁਸੀਂ ਮੇਜਰ ਡਿਫਰੈਂਸ ਦੇਖਦੇ ਹੋ, ਇਹ ਕਿੰਨਾ ਕੁ ਸਬਸਟੈਂਟਿਵ ਡਿਫਰੈਂਸ ਹੈ ਜਿਹੜਾ ਐਫੀਡੇਵਿਟ ਹਾਈ ਕੋਰਟ ਨੂੰ ਦਿੱਤਾ ਗਿਆ ਤੇ ਜਿਹੜੀ ਰਾਏ ਗੁਰਚਰਨਜੀਤ ਸਿੰਘ ਲਾਂਬਾ ਪੇਸ਼ ਕਰ ਰਹੇ ਨੇ? ਦੇਖੋ, ਦੋਨੋਂ ਵਿੱਚ ਬੜਾ ਜ਼ਮੀਰ ਅਸਮਾਨ ਦਾ ਫਰਕ ਹੈ ਜੀ, ਕਿਉਂਕਿ ਜਿਵੇਂ ਅਸੀਂ ਸਹਿਜਧਾਰੀ ਵਰਡ ਜਿਹੜਾ ਹੈ ਉਹ ਕਿਤੇ ਵੀ ਯੂਜ਼ ਨਹੀਂ ਹੋਇਆ ਜੀ ਪਿਛਲੇ ਕਾਫੀ ਸਮੇਂ ਤੋਂ, ਤੇ ਜਦੋਂ ਪ੍ਰੀ ਪਾਰਟੀਸ਼ਨ ਡੇਜ਼ ਵਿੱਚ ਕੁਝ ਫੈਮਿਲੀ ਸੀਗੀਆਂ ਜਿਹੜੀਆਂ ਹਿੰਦੂਜ਼ ਵਿੱਚੋਂ ਕਨਵਰਟ ਹੋ ਰਹੀਆਂ ਸੀਗੀਆਂ, ਹਾਂ, ਉਦੋਂ ਇਹ ਵਰਡ ਯੂਜ਼ ਹੋਇਆ, ਕੋਇਨ ਹੋਇਆ, ਉਹਦੀ ਹੌਲੀ ਹੌਲੀ ਜਿਹੜੀ ਇੰਪੋਰਟੈਂਟ ਹੋ ਗਈ, ਉਹਦੀ ਜ਼ਰੂਰਤ ਖਤਮ ਹੋ ਗਈ। ਅੱਜ ਦੀ ਤਰੀਕ ਦੇ ਵਿੱਚ ਵਰਡ ਜਾਂ ਸਿੱਖ ਹੈ ਤੇ ਜਾਂ ਅੰਮ੍ਰਿਤਧਾਰੀ, ਇਹਦੇ ਤੇ ਕੋਈ ਰੈਜ਼ੋਲੂਸ਼ਨ ਵੀ ਐਸਜੀਪੀਸੀ ਦਾ ਕਿ ਇਹ ਵਰਡ ਦੀ ਜਿਹੜੀ ਯੂਜੇਜ ਹੈ ਖਤਮ ਹੋ ਗਈ ਹੈ ਕਦੀ ਵਿਚਾਰੋ ਹੋਇਆ? ਨਹੀਂ, ਮੇਰੇ ਮੁਤਾਬਿਕ ਤਾਂ ਨਹੀਂ ਐਸਾ ਹੈਗਾ ਕਿ ਇਹਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਸਹਿਜਧਾਰੀ ਵਰਡ ਨੂੰ ਉਹਨਾਂ ਨੇ ਡਿਫਾਈਨ ਕੀਤਾ ਹੈ ਵੀ ਜੇ ਕੋਈ ਸਹਿਜਧਾਰੀ ਕੇਸ ਕਤਲ ਕਰਦਾ ਜੀ ਤੇ ਤਾਂ ਉਹ ਪਤਿਤ ਕਹਲਾਏਗਾ ਜੀ। ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ ਲਾਂਬਾ ਜੀ ਇਸ ਪਰਟੀਕੂਲਰ ਗੱਲ ਦੇ ਉੱਤੇ ਕਿ ਵਿਚਾਰੋਂ ਸਹਿਜਧਾਰੀ ਦੀ ਟਰਮ ਕਿਤੇ ਖਤਮ ਹੋਈ ਹੈ ਨਹੀਂ। ਰਾਣਾ ਸਾਹਿਬ, ਜਿਹੜੀ ਤੁਹਾਡੀ ਡੈਫੀਨੇਸ਼ਨ ਹੈ ਸਹਿਜਧਾਰੀ ਬਾਰੇ, ਉਹ ਨਾ ਤਾਂ ਐਫੀਡੇਵਿਟ ਨਾਲ ਮੇਲ ਖਾ ਰਹੀ ਤੇ ਨਾ ਹੀ ਐਕਸਪਰਟ ਦੀ ਰਾਏ ਅਨੁਸਾਰ, ਤੁਹਾਡਾ ਤੁਸੀਂ ਸਹਿਜਧਾਰੀ ਨੂੰ ਡਿਫਰੈਂਟਲੀ ਡਿਫਾਈਨ ਕਰਦੇ ਹੋ, ਉਹ ਐਗਜੈਕਟਲੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਹੂ ਇਜ਼ ਅ ਸਹਿਜਧਾਰੀ ਸਿੱਖ? ਦੇਖੋ ਜੀ, ਜੋ ਪਰਿਭਾਸ਼ਾ ਅੱਜ ਕਨਫਿਊਜ਼ ਕੀਤੀ ਜਾ ਰਹੀ ਹੈ ਐਸਜੀਪੀਸੀ ਵੱਲੋਂ, ਪਤਿਤ ਔਰ ਸਹਿਜਧਾਰੀ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ। ਓਕੇ, ਅਸੀਂ ਕਹਿੰਦੇ ਹਾਂ ਕਿ ਜੋ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਜਿਹੜਾ ਸਹਿਜੇ ਸਹਿਜੇ ਸਿੱਖ ਬਣੇ
होर धर्मां दे लोग जिहड़े सहजे सहजे सिख धर्म वल आ रहे ने उह सहजधारी हन जां सहजधारी सिख। असीं क्लैरिफाई करना चाहुंदे आ कि सब तों पहलां सिख दी परिभाषा नूं समझण दी लोड़ है। जो व्यक्ति श्री गुरु ग्रंथ साहब और दसां गुरुआं नूं मनदा अते होर उहदा कोई धर्म नहीं जी, आई स्ट्रेस ऑन दिस वर्ड कि होर उहदा कोई धर्म नहीं जी, जे उहदा कोई होर धर्म नहीं उह हैगा ही सिख धर्म दा तां उह फिर बाहरले धर्म दे लोक उह सहजधारी सिख है, प्रोवाइडेड जे उहने अजे अमृत नहीं छकिया, बैप्टाइज नहीं होया तां उह सहजधारी सिख है। सहजधारी सिख दा मतलब सिख दो तरहां दे ने, जे अमृत छक लिया तां अमृतधारी सिख है, नहीं तां सहजधारी सिख ने। दूसरी गल, नॉन सिख इज नॉट ऑटोमेटिकली उह सहजधारी, करेक्ट। दूसरी गल जी कि जिहड़ा पतित है, पतित तां उह व्यक्ति हुंदा जिहड़ा गुरु साहब दा अमृत छक के ਉਹਨੂੰ ਭੰਗ ਕਰਦਾ ਕਿਸੇ ਬੱਜਰ ਕੁਰਾਤ ਰਹੀ ਜਿਹਨੇ ਅੰਮ੍ਰਿਤ ਛਕਿਆ ਹੀ ਨਹੀਂ। ਮੈਂ ਦੁਬਾਰਾ ਤੁਹਾਨੂੰ ਕਹਾਂਗਾ ਲਾਂਬਾ ਜੀ, ਉਹ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਸੀ ਬਿਫੋਰ ਆਈ ਗੋਇੰਗ ਟੂ ਦਾ ਬ੍ਰੇਕ ਜੀ, ਕਿ SGPC ਨੇ ਕਦੀ ਕੋਈ ਫੈਸਲਾ ਲਿਆ ਕਿ ਸਹਿਜਧਾਰੀ ਟਰਮ ਦੀ ਯੂਜੇਜ ਅਸੀਂ ਕਦੀ ਬੰਦ ਕਰਨੀ ਹੈ ਜਾਂ ਇਹ ਲਗਾਤਾਰ ਚੱਲਦੀ ਆ ਰਹੀ ਹੈ? ਮੈਂ ਉਹ ਵੀ ਦੱਸਣਾ ਚਾਹਾਂਗਾ ਤੇ ਇੱਕ ਜ਼ਰੂਰ ਇੱਕ ਸੈਕਿੰਡ ਚ ਕਵਾਂਗਾ ਕਿ ਜਿਹੜੀ ਰਾਣੂ ਜੀ ਦੇ ਰਹੇ ਹੈ ਡੈਫੀਨੇਸ਼ਨ ਇਹ ਪੂਰੀ ਨਹੀਂ ਦੇ ਰਹੇ, ਅਧੂਰੀ ਦੇ ਰਹੇ ਹੈ। ਉਹਦੇ ਵਿੱਚ ਇਹ ਵੀ ਹੈ ਜਿਹੜਾ ਗੁਰੂ ਸਾਹਿਬ ਦੀ ਸਿੱਖਿਆ ਦੇ ਉੱਤੇ ਚੱਲਦਾ ਹੈ, ਇਹ ਵੀ ਹੈ, ਖਾਲੀ ਉਹ ਨਹੀਂ ਕਿ ਉਹਦਾ ਹੋਰ ਧਰਮ ਨੇ। ਐਨੀਵੇ ਤੇ 1973 ਦੇ ਵਿੱਚ ਜਿਹੜਾ ਮਤਾ ਪਾਸ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸਹਿਜਧਾਰੀ ਦੀ ਜਿਹੜੀ ਕਲੌਜ਼ ਹੈ ਜਾਂ 1944 ਜਾਂ 1959 ਦੋ ਕਿਤਾਬਾਂ 'ਚ ਡਿਫਰੈਂਟ ਆ ਰਹੀ ਹੈ, ਇਹ ਇੰਟਰੋਡਿਊਸ ਹੋਈ ਪਹਿਲੇ ਨਹੀਂ ਸੀ। 1973 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੀਤਾ ਕਿ ਪਹਿਲੇ 1925 ਵਿੱਚ ਕੁਝ ਸਹਿਜਧਾਰੀ ਪਰਿਵਾਰ ਉਹ ਦੇਸ਼ ਦੀ ਵੰਡ ਦੇ ਬਾਅਦ ਜਾਂ ਤਾਂ ਉਹ ਸਿੰਘ ਸੱਜ ਗਏ ਜਾਂ ਮੁੜ ਹਿੰਦੂ ਸੱਭਿਆਚਾਰ ਦਾ ਹਿੱਸਾ ਬਣ ਗਏ, ਹੁਣ ਕੋਈ ਸਹਿਜਧਾਰੀ ਨਹੀਂ ਹੈ। ਇਸ ਕਰਕੇ ਇਹ ਟਰਮ ਖਤਮ ਕਰਕੇ ਇਹਦੇ 'ਚੋਂ ਡਿਲੀਟ ਕੀਤੀ। ਇਹਦੇ ਬਾਅਦ 2000 ਵਿੱਚ ਬੀਬੀ ਜਗੀਰ ਕੌਰ ਵੇਲੇ, 2002 ਵਿੱਚ ਬੰਡੂਗਰ ਸਾਹਿਬ ਵੇਲੇ ਇਹ ਜਨਰਲ ਹਾਊਸ ਨੇ ਪਤਾ ਪਾਸ ਕੀਤਾ ਤੇ 2003 ਦੇ ਵਿੱਚ ਜਿਹੜਾ ਸੀ ਇਹ ਡਿਲੀਟ ਕਰ ਦਿੱਤਾ ਗਿਆ, ਜਿਸ ਨੂੰ ਕਿ ਇਹਦੇ ਹਾਈ ਕੋਰਟ ਵਿੱਚ ਉਹਨੂੰ ਜਿਹਦੇ ਅਨੁਸਾਰ ਸਹਿਜਧਾਰੀ ਤੋਂ ਸਿੱਖ ਗੁਰਦੁਆਰਾ ਵੋਟਿੰਗ ਰਾਈਟ ਵੋਟਿੰਗ ਦਾ ਰਾਈਟ ਵੋਟਿੰਗ ਰਾਈਟ ਲਿਆ ਗਿਆ ਔਰ ਕਿਹਾ ਗਿਆ ਕੋਈ ਸਹਿਜਧਾਰੀ ਹੁਣ ਨਹੀਂ ਰਿਹਾ ਜਾਂ ਤਾਂ ਉਹ ਕੋਈ ਵਰਚੁਅਲੀ ਦੇਰ ਇਜ਼ ਨੋ ਕੋਈ ਸਹਿਜਧਾਰੀ ਹੈ ਨਹੀਂ ਲਗਾਤਾਰ, ਕਿਉਂਕਿ ਕੀ ਗੱਲ ਇਸ਼ੂ ਹੈ ਜਿਹਦੇ ਚ ਧਾਰਮਿਕ ਮਸਲੇ ਅਤੇ ਲੀਗਲ ਜਿਹੜੀਆਂ ਪ੍ਰੋਵੀਜ਼ਨਸ ਹੈ ਉਹਨਾਂ ਦੇ ਵਿੱਚ ਬਹੁਤ ਵਾਰੀ ਕਨਫਲਿਕਟ ਆ ਰਹੀ ਹੈ, ਤੇ ਜਦੋਂ ਧਰਮ ਤੇ ਲਾ ਦੋਨਾਂ ਦਾ ਇੰਟਰਫੇਸ ਹੋ ਰਿਹਾ ਹੋਵੇ, ਲਗਾਤਾਰ ਕਾਨੂੰਨ ਅਨੁਸਾਰ ਕੁਝ ਡਿਫਾਈਨ ਕਰਨਾ ਤੇ ਧਰਮ ਅਨੁਸਾਰ ਕੁਝ ਡਿਫਾਈਨ ਕਰਨਾ, ਤਾਂ ਜ਼ਾਹਿਰ ਹੈ ਬਹੁਤ ਸਾਰੇ ਕੰਟਰੋਵਰਸ਼ੀਅਲ ਡੋਮੇਨਸ ਨਾਲ ਸਾਨੂੰ ਸਿੱਝਣਾ ਪਵੇਗਾ। ਇਸ ਚਰਚਾ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਅਸੀਂ ਚਰਚਾ ਕਰ ਰਹੇ ਹਾਂ ਸਹਿਜਧਾਰੀ ਮੁੱਦੇ ਦੇ ਉੱਤੇ ਉੱਠੇ ਸਿੱਖ ਪੰਥ ਦੇ ਅੰਦਰ ਤੂਫਾਨ ਦੀ, ਤੇ ਹਾਈ ਕੋਰਟ ਨੇ ਜਿਹੜਾ ਸਹਿਜ ਦੀ ਡੈਫੀਨੇਸ਼ਨ ਮੰਗੀ ਸੀ ਤੇ SGPC ਨੇ ਜੋ ਐਫੀਡੇਵਿਟ ਦਿੱਤਾ ਸੀ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਬਹੁਤ ਸਾਰੀਆਂ ਪੰਥਿਕ ਆਰਗੇਨਾਈਜੇਸ਼ਨਸ ਅਤੇ ਪੋਲੀਟੀਕਲ ਪਾਰਟੀਜ਼ ਨੂੰ ਉਹਦੇ ਤੇ ਇਤਰਾਜ਼ ਹੈ ਤੇ ਕਿਸ ਤਰ੍ਹਾਂ ਦੇ ਵਿਚਾਰ ਆ ਰਹੇ ਨੇ? ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਨੇ ਸਿੱਖ ਅਫੇਅਰਸ ਦੇ ਐਕਸਪਰਟ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਜੋ ਕਮਿਊਨਿਟੀ ਜਰਨਲ ਸੰਤ ਸਿਪਾਹੀ ਦੇ ਐਡੀਟਰ ਵੀ ਹਨ, ਸਾਡੇ ਨਾਲ ਨੇ ਸੀਨੀਅਰ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਜੀ ਤੇ ਸਹਿਜਧਾਰੀ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਰਾਣੂ। ਲਾਂਬਾ ਸਾਹਿਬ, ਸਹਿਜਧਾਰੀਆਂ ਨੂੰ ਜੇ ਡਿਸਐਨਫਰੈਂਚਾਈਜ਼ ਕਰ ਦਿੱਤਾ ਗਿਆ ਸੀ, ਜੇ ਉਹਨਾਂ ਦੇ ਵੋਟਿੰਗ ਰਾਈਟ ਗੁਰਦੁਆਰਾ ਐਕਟ ਦੇ ਅੰਡਰ ਜਿਹੜੇ ਦਿੱਤੇ ਗਏ ਸੀ 59 ਦੇ ਵਿੱਚ ਉਹ ਵਾਪਸ ਲੈ ਲਏ ਗਏ ਸੀ, ਤਾਂ ਇਸ ਵੇਲੇ ਇਹ ਸਹਿਜਧਾਰੀ ਨੂੰ ਦੁਬਾਰਾ ਤੋਂ ਡਿਫਾਈਨ ਕਰਨ ਦੀ ਕਿਉਂ ਜ਼ਰੂਰਤ ਪਈ ਜੇ SGPC ਸਹਿਜਧਾਰੀ ਦੇ ਕੰਸਟਰਕਟ ਨੂੰ ਨਲੀਫਾਈ ਕਰ ਚੁੱਕੀ ਹੈ? ਬੜਾ ਸਪਸ਼ਟ ਹੈ ਕਿ ਜਦੋਂ ਇਹ ਡਿਸਐਨਫਰੈਂਚਾਈਜ਼ਮੈਂਟ ਹੋ ਗਈ, ਇਹ ਕੱਢ ਦਿੱਤੇ ਗਏ, ਕਿਸੇ ਵੀ ਸੋ ਕਾਲਡ ਸਹਿਜਧਾਰੀ ਨੇ ਇਹਦੇ ਤੇ ਇਤਰਾਜ਼ ਨਹੀਂ ਕੀਤਾ, ਕਿਸੇ ਕੁਆਟਰ ਵੱਲੋਂ ਨਹੀਂ ਹੋਇਆ, ਪਰ ਇੱਕ ਆਰਗੇਨਾਈਜੇਸ਼ਨ ਜਿਹੜੇ ਸਹਿਜਧਾਰੀ ਨਹੀਂ ਦਰਅਸਲ ਉਹ ਪਤਿਤ ਹੈਗੇ ਹੈ, ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਅਸੀਂ ਸਹਿਜਧਾਰੀ ਹਾਂ। ਤੁਸੀਂ ਤੁਹਾਡਾ ਇਸ਼ਾਰਾ ਪਰਮਜੀਤ ਸਿੰਘ ਰਾਣੂ ਜੀ ਵੱਲ ਇਸ਼ਾਰਾ, ਜਿਹੜੇ ਉਹ ਕਹਿ ਰਹੇ ਹਾਂ ਬਿਲਕੁਲ ਕਹਿਣਾ ਚਾਹੁੰਦਾ ਕਿ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਪਤਿਤ ਨਹੀਂ ਹੈਗੇ ਜੀ। ਪਤਿਤ ਉਹ ਅੰਮ੍ਰਿਤਧਾਰੀ ਸਿੰਘ ਹੁੰਦਾ ਜਿਹੜਾ ਬੱਜਰ ਕੁਰੈਤ ਕਰਕੇ ਅੰਮ੍ਰਿਤ ਨੂੰ ਭੰਗ ਕਰ ਦੇਵੇ ਜੀ। ਦੇਖੋ ਇਹ ਬੜੀਆਂ ਫਾਸਟ ਸਾਡਾ ਕੇਸ ਪੈਂਡਿੰਗ ਹੈ, ਸਾਡਾ ਕੇਸ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ, ਅਸੀਂ 2000 ਮੈਟਰ ਹੈ ਉਹਦੇ ਤੇ ਮੈਂ ਜ਼ਿਆਦਾ ਨਹੀਂ ਕਮੈਂਟ ਕਰਾਂਗਾ, ਪਰ ਇਹਦੇ ਵਿੱਚ ਗੁਰਦੁਆਰਾ ਐਕਟ ਦੇ ਵਿੱਚ ਵੀ ਔਰ ਵੈਸੇ ਵੀ ਲਿਖਿਆ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਪਤਿਤ ਹੋਣ ਦੇ ਬਾਅਦ ਹੀ ਕੇਸ ਕਟਾਏਗਾ ਤਾਂ, ਪਰ ਨਹੀਂ, ਈਵਨ ਐਕਟ ਦੇ ਵਿੱਚ ਇਹ ਲਿਖਿਆ ਹੈ ਕਿ ਪਤਿਤ ਉਹ ਹੈ ਜਿਹੜਾ ਕੇਸ ਕਤਲ ਕਰੇ ਜਾਂ ਅੰਮ੍ਰਿਤ ਛੱਕਣ ਤੋਂ ਬਾਅਦ ਬਾਕੀ ਦੇ ਕੁਰੈਤਾ ਕਰੇ। ਸੋ ਇਹਦੇ 'ਚ ਬੜਾ ਸਪਸ਼ਟ ਹੈ ਕਿ ਐਕਟ ਦੇ ਮੁਤਾਬਕ ਔਰ ਜਿਹੜੀ ਰਹਿਤ ਮਰਿਆਦਾ ਵੀ ਹੈ ਉਸਦੇ 'ਚ ਲਿਖਿਆ ਹੈ ਕਿ ਜਿਹੜਾ ਅਗਰ ਜਮਾਂਦਰੂ ਸਿੱਖ ਹੈ ਉਹਦੇ ਜਨਮ ਦੇ ਕੇਸ ਉਹ ਸਾਬਤ ਰੱਖੇ ਜਾਣ, ਅਗਰ ਉਹ ਕੱਟਦਾ ਉਹ ਸਿਰ ਗੁੰਮ ਹੈ, ਉਸਨੂੰ ਸਿਰ ਗੁੰਮ ਲਫ਼ਜ਼ ਲਿਖਿਆ, ਇੱਕ ਲਫ਼ਜ਼ ਸਿਰ ਗੁੰਮ ਹੈ, ਇੱਕ ਲਫ਼ਜ਼ ਸਿਰਦਾਰ ਹੈ। ਦਾਰ ਦਾ ਅਰਥ ਹੈ ਜਿਹਦਾ ਇੱਜ਼ਤਦਾਰ, ਵਫ਼ਾਦਾਰ, ਖੁੱਦਦਾਰ, ਜਿਹਦੇ ਸਿਰ ਤੇ ਕੇਸ ਹੈ ਸਰਦਾਰ ਨਹੀਂ ਹੈ ਉਹ ਸਿਰ ਗੁੰਮ ਗਿਆ। ਨਵਕਿਰਨ ਜੀ, ਜਿਹੜੀ SGPC ਦੇ ਪ੍ਰਧਾਨ ਨੇ ਸਰਦਾਰ ਅਵਤਾਰ ਸਿੰਘ ਮੱਕੜ ਤੇ ਇਹਦੇ ਹੋਰ ਅਹੁਦੇਦਾਰ ਨੇ, ਉਹਨਾਂ ਦਾ ਲਗਾਤਾਰ ਇਹ ਕਹਿਣਾ ਹੈ ਕਿ ਅਸੀਂ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਸਿਰਦਾਰ ਐਕਟ ਦੇ ਅਨੁਸਾਰ ਦਿੱਤਾ ਤੇ ਅਸੀਂ ਐਕਸਪਰਟਸ ਦੀ ਰਾਏ ਨੂੰ ਬਕਾਇਦਾ ਕੰਸੀਡਰ ਕਰਕੇ ਦਿੱਤਾ। ਤੁਸੀਂ ਕਹਿ ਰਹੇ ਹੋ ਕਿ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਸਬਸਟੈਂਸ਼ੀਅਲ ਡਿਫਰੈਂਸ ਹੈ,
एक्सपर्ट्स ने कहा कि कभी भी वाल ना कट सके तो एस जी पी सी के एफीडेविट में टाइम बैंड इंट्रोड्यूस किया गया सहजधारी बन सकता एक लंबा समा वो उस तरह ही रह सकता या सारी उम्र उस तरह रह सकता केसाधारी नहीं बन सकता हुण इहदे अगे नैक्सट स्टैप की हो सकता है की तुहाडी डिमांड है कि एस जी पी सी एफीडेविट वापस लवे या की व्हाट शुड बी द नेक्स्ट स्टैप वकीलों की डिमांड तो यहो जी कोई हो नहीं सकती एज अ सिख ऑलसो मैनू लगता है भी कितने कोई शरारत हुई है जिस तरीके नाल कमेटी दी मीटिंग दे विच कुछ होर डिसाइड हुंदा है ते एफिडेविट कोई होर फाइल कीता जांदा है कॉन्स्पिरेसी आई सी ए कॉन्स्पिरेसी एंड दे आर ट्राइंग टू डाइल्यूट जिहड़ा लोकां नूं इह कोई किसे लोकां नूं बैकडोर एंट्री देण दी कोशिश कीती जा रही है एस जी पी सी वालों सोची समझ जी कोई साजिश है लार्जली की साजिश हो सकदी है तुसीं थोड़े शब्द देखो पहले तां इहनां नूं इही फिकर सीगा कि किधर यह ना हो कि जिहड़े लोग सिख धर्म नाल कोई तलक नहीं रखते जिवें आर एस एस जिहड़ी है ਉਹਨਾਂ ਕਿਧਰੇ ਵੜ ਜੇ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾ ਰੱਖੀ ਰਾਸ਼ਟਰੀ ਸਿੱਖ ਸੰਗਤ ਵੀ ਬਣਾਈ ਉਹਨਾਂ ਨੂੰ ਸਿੱਖ ਰੂਪ ਵੀ ਦਿੱਤਾ ਤੇ ਹੁਣ ਜਿਹੜਾ ਹੈਗਾ ਹੁਣ ਤਾਂ ਉਹਨਾਂ ਨੂੰ ਬਿਲਕੁਲ ਹੀ ਸਿੱਖ ਖੁੱਲਾ ਇੱਕ ਸੱਦਾ ਦੇਤਾ ਜੇ ਅਕਾਲੀ ਦਲ ਦੇ ਲੋਕ ਬੀਜੇਪੀ ਦੀ ਟਿਕਟ ਤੇ ਦਿੱਲੀ ਚ ਅਸੈਂਬਲੀ ਦੀਆਂ ਇਲੈਕਸ਼ਨਾਂ ਲੜ ਸਕਦੇ ਨੇ ਤਾਂ ਕੱਲ ਨੂੰ ਆਰਐਸਐਸ ਦੇ ਲੋਕ ਉਹ ਜ਼ਰੂਰ ਲੜਨਗੇ ਦੇ ਵਿੱਚ ਸਹਿਜਧਾਰੀ ਸਿੱਖ ਦੇ ਨਾਮ ਦੇ ਫੋਲਡ ਚ ਆ ਕੇ ਐਸਜੀਪੀਸੀ ਦੀਆਂ ਇਲੈਕਸ਼ਨਾਂ ਲੜ ਸਕਦੇ ਨੇ ਇਹ ਆਪਣੇ ਆਪ ਨੂੰ ਜਿਸ ਤਰੀਕੇ ਨਾਲ ਮੌਜੂਦਾ ਸਰਕਾਰ ਜਿਸ ਤਰੀਕੇ ਨਾਲ ਧਰਮ ਨੂੰ ਚਲਾ ਰਹੀ ਹੈ ਐਸਜੀਪੀਸੀ ਨੂੰ ਚਲਾ ਰਹੀ ਹੈ ਉਸ ਤਰੀਕੇ ਨਾਲ ਇਹਨੂੰ ਇਹਨੂੰ ਸੈਕੂਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਐਸਜੀਪੀਸੀ ਇੱਕ ਧਾਰਮਿਕ ਸੰਸਥਾ ਹੈ ਤੇ ਸਰਕਾਰ ਦਾ ਇਹ ਕਹਿਣਾ ਕਿ ਸਾਡਾ ਕੋਈ ਤਲਕ ਨਹੀਂ ਹੈ ਐਸਜੀਪੀਸੀ ਪ੍ਰਧਾਨ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਤਾਂ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ਅੱਗੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਰਦੇ ਸੀਗੇ ਇਹ ਕਿਹੜਾ ਫਜ਼ੂਲ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਜੇ ਧਰਮ ਵਿੱਚ ਇਹ ਆਪਣਾ ਜਿਹੜਾ ਹੈਗਾ ਇੰਟਰਫੇਰੈਂਸ ਬੰਦ ਕਰ ਦੇਣ ਤਾਂ ਮੈਂ ਕਿਹਾ ਸ਼ਾਇਦ ਧਰਮ ਦਾ ਚੰਗੇ ਤਰੀਕੇ ਨਾਲ ਚੱਲ ਸਕੇ ਜੀ ਪਰਮਜੀਤ ਜੀ ਡਿਮਾਂਡ ਤੁਹਾਡੀ ਇਹ ਹੈ ਕਿ ਹਾਈ ਕੋਰਟ ਵਿੱਚ ਦਿੱਤੇ ਐਸ ਜੀ ਪੀ ਸੀ ਆਪਣੇ ਜਿਹੜਾ ਐਫੀਡੇਵਿਟ ਐਸ ਜੀ ਪੀ ਸੀ ਨੇ ਦਿੱਤਾ ਉਸ ਨੂੰ ਉਹ ਚੇਂਜ ਕਰੇ ਬਿਲਕੁਲ ਅਸੀਂ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਜਨਰਲ ਪਬਲਿਕ ਨੂੰ ਦੱਸਣਾ ਚਾਹੁੰਦਾ ਕਿ ਇਹ ਮੁੱਦਾ ਜਿਹੜਾ ਅਸੀਂ ਪਿਛਲੇ 5 ਸਾਲਾਂ ਤੋਂ ਚੁੱਕਿਆ ਹੋਇਆ ਜੀ ਅੱਜ ਤਾਂ ਠੀਕ ਹੈ ਕਈ ਜਥੇਬੰਦੀਆਂ ਅੱਗੇ ਆ ਕੇ ਇਹਨੂੰ ਹਾਈਲਾਈਟ ਕਰਕੇ ਪੋਲੀਟੀਕਲ ਦੇ ਦਿੱਤੇ ਰੋਟੀਆਂ ਸੇਕ ਰਹੀਆਂ ਨੇ ਪਰ ਐਕਚੁਅਲ ਦੇ ਵਿੱਚ ਕੀ ਆ ਸਾਡੀ ਲੜਾਈ ਇਹ ਸੀ ਕਿ ਇਹ ਸਿੱਖ ਧਰਮ ਜਿਹੜਾ ਇਟਸ ਦ ਇੰਟਰਨੈਸ਼ਨਲ ਫਿਫਥ ਰਿਲੀਜਨ ਆਫ ਦੀ ਵਰਲਡ ਜਿਹੜੀਆਂ ਫਾਸਿਸਟ ਫੋਰਸਸ ਨੇ ਸੰਪਰਦਾਇਕ ਤਾਕਤਾਂ ਨੇ ਉਹਨਾਂ ਨੇ ਹਮੇਸ਼ਾ ਧਰਮਾਂ ਨੂੰ ਵੰਡ ਕੇ ਉਹਨਾਂ ਤੇ ਰਾਜ ਕੀਤਾ ਹੈਗਾ ਜਿਸ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਸੀ ਸੁਣੀ ਜਿਸ ਤਰੀਕੇ ਨਾਲ ਹੁਣ ਐਫੀਡੇਵਿਟ ਦਿੱਤਾ ਗਿਆ ਉਹਦੇ ਵਿੱਚ ਉਹ ਸੰਪਰਦਾਇਕ ਤਾਕਤਾਂ ਦਾ ਇਹਦੇ ਵਿੱਚ ਵੀ ਸੰਪਰਦਾਇਕ ਤਾਕਤਾਂ ਦਾ ਹੱਥ ਹੈ ਬਿਕੋਜ਼ ਜਿਹੜੀ ਤੁਹਾਡੀ ਵੀ ਡੈਫੀਨੇਸ਼ਨ ਹੈ ਸਹਿਜਧਾਰੀ ਵਾਲੀ ਉਹਦੇ ਅਨੁਸਾਰ ਵੀ ਜਿਹੜੇ ਬੱਚੇ ਆਪਣੇ ਆਪ ਨੂੰ ਸਹਿਜਧਾਰੀ ਦੱਸ ਕੇ ਅਜਿਹੀ ਕਲੋਜ਼ ਅੰਡਰ ਐਡਮਿਸ਼ਨ ਲੈਣਾ ਚਾਹਣ ਉਹਨਾਂ ਨੂੰ ਨਹੀਂ ਮਿਲ ਸਕਦੀ ਕਿਉਂਕਿ ਤੁਸੀਂ ਉਹਨਾਂ ਨੂੰ ਪਤਿਤ ਮੰਨਦੇ ਹੋ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਜੀ ਅਗਰ ਗੁਰਲੀਨ ਕੌਰ ਭਰਵੱਟੇ ਬਣਾਉਂਦੀ ਸੀ ਉਹਨੂੰ ਐਡਮਿਸ਼ਨ ਦੇਣ ਦੇ ਟਾਈਮ ਤੇ ਇਹ ਗੱਲ ਕਹੀ ਜਾ ਸਕਦੀ ਸੀ ਕਿ ਬੱਚੇ ਅੱਜ ਤੋਂ ਬਾਅਦ ਤੂੰ ਰਹਿਤ ਰੱਖੇਂਗੀ ਮੈਂ ਕਿਹਾ ਐਡਮਿਸ਼ਨ ਦੇਣ ਵੇਲੇ ਨਵਕਿਰਨ ਜੀ ਕੀ ਐਡਮਿਸ਼ਨ ਦੇਣ ਵੇਲੇ ਪ੍ਰੋਸਪੈਕਟਸ ਨੇ ਇਹ ਗੱਲ ਕਲੀਅਰ ਕੀਤੀ ਸੀ ਦੇਖੋ ਜੀ ਪ੍ਰੋਸਪੈਕਟਸ ਨੇ ਵੀ ਇਹ ਗੱਲ ਕਲੀਅਰ ਕੀਤੀ ਸੀ ਉਹ ਤੋਂ ਹਲਫੀਆ ਬਿਆਨ ਵੀ ਲਿਆ ਗਿਆ ਸੀ ਉਹਦੇ ਫਾਦਰ ਦਾ ਹਲਫੀਆ ਬਿਆਨ ਵੀ ਲਿਆ ਜਾ ਜਿਸ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਵਾਲਾ ਕੋਈ ਵੇਖ ਨਹੀਂ ਕਰਦੇ ਜਿਹੜਾ ਬੱਚਾ ਮੈਂ ਤਾਂ ਉਹਦੀ ਸਿੱਖ ਹੋਣ ਤੇ ਵੀ ਬੜੀ ਵੱਡੀ ਇੱਕ ਕੁਐਸਚਨ ਮਾਰਕ ਹੁੰਦਾ ਹੈ ਇੱਕ ਬੰਜਾ ਇੱਕ ਬੱਚਾ ਜਿਹੜਾ ਝੂਠਾ ਐਫੀਡੇਵਿਟ ਫਾਈਲ ਕਰਦਾ ਉਹਦੇ ਫਾਦਰ ਝੂਠੇ ਐਫੀਡੇਵਿਟ ਫਾਈਲ ਕਰਦੇ ਨੇ ਉਹਨਾਂ ਦੀ ਇਹ ਜੁਰਤ ਕਿ ਉਹ ਕਹਿਣ ਜੀ ਕਿ ਅਸੀਂ ਅਸੀਂ ਭਰਵੱਟੇ ਨਹੀਂ ਕੱਟਦੇ ਜਾਂ ਤਾਂ ਕਹਿੰਦੇ ਨਾ ਵੀ ਅਸੀਂ ਭਰਵੱਟੇ ਕੱਟਦੇ ਹਾਂ ਪਰ ਅੱਜ ਤੋਂ ਬਾਅਦ ਨਹੀਂ ਕੱਟਾਂਗੇ ਇੱਕ ਤੁਸੀਂ ਇੱਕ ਤੁਹਾਨੂੰ ਇੱਕ ਇੱਕ ਪਾਰਟਿਕੂਲਰ ਸੈਗਮੈਂਟ ਨੂੰ ਤੁਸੀਂ ਰਿਜ਼ਰਵੇਸ਼ਨ ਦੇ ਰਹੇ ਹੋ ਤੁਸੀਂ ਉਹ ਰਿਜ਼ਰਵੇਸ਼ਨ ਝੂਠ ਬੋਲ ਕੇ ਆ ਰਹੇ ਹੋ ਸਿੱਖੀ ਨੂੰ ਡਿਲੀਊਟ ਕਰਨ ਦੀ ਲੋੜ ਨਹੀਂ ਜੇ ਤੁਹਾਡਾ ਬੱਚਾ ਐਡਮਿਸ਼ਨ ਨਹੀਂ ਮਿਲਦੀ ਤਾਂ ਮਤਲਬ ਤੁਸੀਂ ਸਿੱਖ ਨਹੀਂ ਰਹੇ ਲੰਬੇ ਜੀ ਹੂ ਇਜ਼ ਰਿਸਪੋਨਸੀਬਲ ਇਹ ਕੇਸ ਕਾਰਨ ਸਾਰਾ ਮਾਮਲਾ ਸਾਹਮਣੇ ਆ ਗਿਆ ਜਾਂ ਅਕਾਲੀ ਦਲ ਤੇ ਐਸ ਜੀ ਪੀ ਸੀ ਦੇ ਅੰਦਰ ਕੁਝ ਅਜੇ ਤੱਤ ਨੇ ਜਿਹੜੇ ਲਗਾਤਾਰ ਇਹਨਾਂ ਕੋਸ਼ਿਸ਼ਾਂ ਵਿੱਚ ਲੱਗੇ ਨੇ ਤੇ ਇਹ ਕੇਵਲ ਉਸ ਪੈਟਰਨ ਦਾ ਇੱਕ ਹਿੱਸਾ ਹੈ ਜਾਂ ਕੌਮ ਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਹੜੇ ਧਰਮ ਦੇ ਪ੍ਰਤੀ ਆਪਣੀ ਆਸਥਾ ਨੂੰ ਜ਼ਿਆਦਾ ਜ਼ੋਰ ਸ਼ੋਰ ਨਾਲ ਦਿਖਾਉਣਾ ਚਾਹੁੰਦੇ ਨੇ ਜਿਨ੍ਹਾਂ ਵਿੱਚ ਮੈਂ ਤੁਹਾਨੂੰ ਗਿਣਦਾ ਕਿ ਉਹਨਾਂ ਲੋਕਾਂ ਦਾ ਕੋਈ ਖਾਸ ਇੱਕ ਏਜੰਡਾ ਹੈ ਕਿ ਅਸੀਂ ਇਸ ਨੂੰ ਬਚਾ ਕੇ ਰੱਖਣਾ 1947 ਵਿੱਚ ਮਾਸਟਰ ਤਾਰਾ ਸਿੰਘ ਨੇ ਗੱਲ ਕਹੀ ਸੀ ਬਰੀਫਲੀ ਕਿ ਮੈਂ ਹੁਣ ਅੰਗਰੇਜ਼ ਜਾ ਰਿਹਾ ਮੈਨੂੰ ਹੁਣ ਡਰ ਲੱਗ ਰਿਹਾ ਕਿਉਂਕਿ ਇਸ ਤੋਂ ਪਹਿਲੇ ਕੋਈ ਗੱਦਾਰੀ ਕਰ ਲੇ ਜਿਹੋ ਜਿਹਾ ਹੋ ਜਾਏ ਅੰਗਰੇਜ਼ ਨਹੀਂ ਸੀ ਬਣ ਸਕਦਾ ਹੁਣ ਹਾਕਮ ਸ਼੍ਰੇਣੀ ਚ ਆਉਣ ਲੱਗਿਆ ਉਹਨੂੰ ਇੱਕ ਸੈਕਿੰਡ ਦਾ ਟਾਈਮ ਲੱਗਣਾ ਔਰ ਇਹ ਪ੍ਰੋਸੈਸ ਲਗਾਤਾਰ ਚੱਲ ਰਿਹਾ ਔਰ ਇੱਕ ਦੇਖਣ ਵਾਲੀ ਗੱਲ ਹੈ 1984 ਜਦੋਂ ਦਾਲਮ ਕਮੇਟੀ ਬਣੀ ਸੀ ਉਹਨਾਂ ਨੇ ਇੱਕ ਬੜੀ ਖਤਰਨਾਕ ਇੱਕ ਟਰਮ ਯੂਜ਼ ਕੀਤੀ ਸੀ ਕਿ ਗੁਰਦੁਆਰਿਆਂ ਦੇ ਸੈਕੂਲਰਾਈਜ਼ੇਸ਼ਨ ਕਰਨ ਦੀ ਲੋੜ ਹੈ ਇਹਨਾਂ ਨੇ ਅਕਾਲੀ ਦਲ ਸੈਕੂਲਰਾਈਜ਼ ਕਰ ਲਿਆ ਇਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੈਕੂਲਰਾਈਜ਼ ਕਰ ਲਈ ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੈਕੂਲਰਾਈਜ਼ ਕਰਨਗੇ ਕੱਲ ਸ਼ਾਇਦ ਗ੍ਰੰਥੀਆਂ ਨੂੰ ਵੀ ਸੈਕੂਲਰਾਈਜ਼ ਕਰਨਗੇ ਕਿ ਇੱਥੇ ਵੀ ਦੂਜੇ ਵੀ ਆ ਕੇ ਕਰ ਦੇਣ ਇਹ ਬਹੁਤ ਖਤਰਨਾਕ ਹੈ ਸਾਡੀ ਪੋਲਿਟਿਕਸ ਦੇ ਵਿੱਚ ਸੈਕੂਲਰਾਈਜ਼ ਹੋਣ ਨੂੰ ਸੈਕੂਲਰਾਈਜ਼ੇਸ਼ਨ ਨੂੰ ਬੜੀ ਇੱਕ ਪੋਜ਼ਿਟਿਵ ਵੈਲਿਊ ਮੰਨਿਆ ਜਾਂਦਾ ਹੈ ਪਰੰਤੂ ਧਾਰਮਿਕ ਜਦੋਂ ਡੋਮੇਨ ਦੀ ਗੱਲ ਆਉਂਦੀ ਹੈ